ਚੰਡੀਗੜ੍ਹ 'ਚ ਆਜ਼ਾਦੀ ਦੇ 75ਵੇਂ ਅਮ੍ਰਿਤ ਮਹਾਉਤਸਵ ਨੂੰ ਲੈ ਕੇ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ ਇਸ ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਦੇ ਗਵਰਨਰ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਨੇ ਕਰਵਾਈ 13 ਮਾਰਚ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਅnder ਵਿੰਟੇਜ ਕਾਰ ਕਲੱਬ ਨੇ ਕਾਰਾਂ ਦੀ ਪ੍ਰਦਰਸ਼ਨੀ ਲਾਈ ਔਰ ਇਸ ਦੌਰਾਨ ਸੈਲਫ ਡਿਫੈਂਸ ਦੇ ਤਰੀਕੇ ਵੀ ਦੱਸੇ ਗਏ ਇਸ ਤੋਂ ਇਲਾਵਾ ਆਈਟੀਬੀਪੀ ਵੱਲੋਂ ਮੋਟਰਸਾਈਕਲ ਸਟੰਟ ਸ਼ੋਅ ਤੇ ਡਾਕ ਸ਼ੋਅ ਵੀ ਕਰਵਾਏਗੇ